यूपी ਦੇ ਗੈਂਗਸਟਰ ਮੁਖ्तार अंसारी ਦੇ ਉੱਪਰ ਪੰਜਾਬ 'ਚ ਜਿਹੜੀ ਉਹ ਸਿਆਸੀ ਕਮਾਸਾਨ ਸ਼ੁਰੂ ਹੋ ਗਈ ਆ ਸੀਐਮ ਨੇ ਕੈਪਟਨ ਅੰਦਾਵਾ ਤੋਂ ਕੇਸ ਖਰਚ ਵਸੂਲੀ ਆਦੇਸ਼ ਜਿਹੜਾ ਉਹ ਜਾਰੀ ਕੀਤਾ ਆ ਤੇ ਅਮਰਿੰਦਰ ਸਿੰਘ ਨੇ ਕਿਹਾ ਆ ਕਿ 2 ਸਾਲ ਬਾਅਦ ਹੋ ਰਗੜਨਗੇ ਸੋ ਵੀਰੋ ਦੇਖੋ ਗੱਲ ਤਾਂ ਇਦਾਂ ਹੋਣੀ ਚਾਹੀਦੀ ਆ ਕਿ ਜਿਹੜਾ ਬੰਦਾ ਜਦੋਂ ਕੋਈ ਕਿਸੇ ਤੇ ਕਾਰਵਾਈ ਹੁੰਦੀ ਆ ਉਹ ਸਹੀ ਤਰੀਕੇ ਨਾਲ ਉਹਦਾ ਜੇਕਰ ਉਹ ਸੱਚ ਆ ਆ ਤੇ ਉਹਦਾ ਜਵਾਬ ਦੇਵੇ ਤੁਸੀਂ ਅੱਜ ਇੱਕ ਪ੍ਰੈਸ ਕਾਨਫਰੰਸ ਵੀ ਦੇਖੀ ਹੋਣੀ ਆ ਜਿਹੜੇ ਰੰਦਾਵਾ ਜੀ ਆ ਉਹਨਾਂ ਦੀ ਤੁਸੀਂ ਪ੍ਰੈਸ ਕਾਨਫਰੰਸ ਦੇਖਿਓ ਮਤਲਬ ਕਿ ਇੱਕ ਪੱਤਰਕਾਰ ਦੇ ਨਾਲ ਕਾਫੀ ਜਿਹੜਾ ਉਹ ਮਤਲਬ ਕਿ ਤੂ ਤੂੰ ਮੈਂ ਮੈਂ ਹੋ ਗਿਆ ਤੇ ਚਲੋ ਠੀਕ ਆ ਕਈ ਵਾਰੀ ਬੰਦੇ ਨੂੰ ਗੁੱਸਾ ਵੀ ਆ ਜਾਂਦਾ ਆ ਲੇਕਿਨ ਇਹ ਜਿਹੜੇ ਲੋਕਾਂ ਦੇ ਦੁਆਰਾ ਚੁਣੇ ਹੋਏ ਬੰਦੇ ਆ ਇਹਨਾਂ ਦਾ ਕੰਮ ਆ ਲੋਕਾਂ ਦੇ ਲਈ ਕੰਮ ਕਰਨਾ ਇਹ ਜਿਹੜੇ ਆ ਲੋਕ ਇਹਨਾਂ ਨੂੰ ਚੁਣ ਕੇ ਭੇਜਦੇ ਆ ਇਸ ਕਰਕੇ ਇਹਨਾਂ ਨੂੰ ਜਿਹੜਾ ਉਹ ਪੈਸਾ ਮਿਲਦਾ ਆ ਸਰਕਾਰ ਤੋਂ ਔਰ ਇਸੇ ਕਰਕੇ ਜਿਹੜਾ ਇਹ ਜਵਾਬਦੇ ਜਵਾਬਮੰਦ ਹੁੰਦੇ ਆ ਇਹਨਾਂ ਨੇ ਹਰ ਗੱਲ ਦਾ ਜਿਹੜਾ ਉਹ ਜਵਾਬ ਦੇਣਾ ਹੁੰਦਾ ਆ ਚਾਹੇ ਸੀਐਮ ਆ ਚਾਹੇ ਪੀਐਮ ਆ ਚਾਹੇ ਪ੍ਰੈਜ਼ੀਡੈਂਟ ਆ ਲੋਕਾਂ ਦੀ ਗੱਲ ਦਾ ਜਿਹੜਾ ਉਹ ਜਵਾਬ ਦੇਣਾ ਹੁੰਦਾ ਆ ਔਰ ਇਸੀ ਚੀਜ਼ ਦੇ ਉੱਤੇ ਤੁਹਾਨੂੰ ਪਤਾ ਕਿ ਵਿਦੇਸ਼ਾਂ ਦੇ ਵਿੱਚ ਡੈਮੋਕ੍ਰੇਸੀ ਜਿਹੜੀ ਆ ਉਹ ਚੱਲਦੀ ਆ ਸੋ ਭਾਰਤ ਦੇ ਵਿੱਚ ਵੀ ਹੁਣ ਇਦਾਂ ਹੀ ਹੋ ਰਿਹਾ ਆ ਚਾਹੇ ਪੀਐਮ ਹੋਣ ਚਾਹੇ ਪ੍ਰੈਜ਼ੀਡੈਂਟ ਹੋਣ ਚਾਹੇ ਸੀਐਮ ਹੋਣ ਲੋਕ ਅੱਜਕੱਲ ਜਿਹੜਾ ਸਵਾਲ ਪੁੱਛਣ ਤੋਂ ਡਰਦੇ ਨਹੀਂ ਆ ਸੋ ਉੱਤਰ ਪ੍ਰਦੇਸ਼ ਦੇ ਕੁਖਿਆਤ ਗੈਂਗਸਟਰ ਮੁਖ्तार अंसारी ਦੇ 55 ਲੱਖ ਦੇ ਕੋਰਟ ਕੇਸ ਖਰਚ ਦੇ ਉੱਤੇ ਪੰਜਾਬ ਦੇ ਵਿੱਚ ਸਿਆਸੀ ਬਵਾਲ ਮਚ ਗਿਆ ਆ ਇਸ ਮਾਮਲੇ ਦੇ ਵਿੱਚ ਮੌਜੂਦਾ ਸੀਐਮ ਭਗਵੰਤ ਮਾਨ ਜੀ ਨੇ ਪੂਰਬ ਸੀਐਮ ਕੈਪਟਨ ਅਮਰਿੰਦਰ ਸਿੰਘ ਜੀ ਜਿਹੜੇ ਆ ਤੇ ਪੂਰਬ ਗ੍ਰਹਿ ਮੰਤਰੀ ਜਿਹੜੇ ਰਾਜਸਥਾਨ ਕਾਂਗਰਸ ਦੇ ਪ੍ਰਵਾਰੀ ਵੀ ਆ ਸੁਖਜਿੰਦਰ ਸਿੰਘ ਰੰਧਾਵਾ ਜੀ ਜਿਹੜੇ ਉਹ ਸਾਰੇ ਆਮਣੇ ਸਾਹਮਣੇ ਹੋ ਗਏ ਆ ਤੇ ਮੁੱਖ ਮੰਤਰੀ ਨੇ ਜਿਹੜੇ ਜ਼ਰੂਰੀ ਕਦਮ ਚੱਕਣੇ ਆ ਇਹਦੇ ਵਿੱਚ ਉਹਦੇ ਆਦੇਸ਼ ਦਿੱਤੇ ਆ ਸੀਐਮ ਮਾਨ ਨੇ ਟਵੀਟ ਕਰਕੇ ਲੈਟਰ ਨੂੰ ਜਿਹੜਾ ਉਹ ਜਨਤਾ ਕੀਤਾ ਆ ਕਿ ਇਹਦੇ ਨਾਲ ਸੰਦੇਸ਼ ਵੀ ਲਿਖਿਆ ਆ ਕਿ ਆ ਲੋ ਰੰਧਾਵਾ ਸਾਹਿਬ ਤੁਹਾਡਾ ਅਨਸਾਰੀ ਵਾਲਾ ਨੋਟਿਸ ਤੇ ਇਸ ਚ ਆਦੇਸ਼ ਦਿੱਤੇ ਗਏ ਆ ਕਿ ਐਡਵੋਕੇਟ ਦੀ ਪੂਰੀ ਫੀਸ ਜਿਹੜੀ ਆ ਉਹ ਪੂਰਵ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਤੇ ਪੂਰਵ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜੀ ਤੋਂ ਬਰਾਬਰ ਦੇ ਜਿਹੜਾ ਬਰਾਬਰ ਬਰਾਬਰ ਵਸੂਲਿਆ ਜਾਏ। ਆਦੇਸ਼ਾਂ ਦੀ ਪਾਲਣਾ ਕਰਨ ਦਾ ਜਿਹੜਾ ਉਹ ਜਿਹੜਾ ਆਦੇਸ਼ ਵੀ ਇਹੀ ਲੈਟਰ ਚ ਦਿੱਤਾ ਹੋਇਆ ਆ। ਸੋ ਥੋੜੀ ਜੀ ਗੱਲ ਕਰਦੇ ਆ ਕਿ ਆਖਰ ਜਿਹੜਾ ਇਹ ਹੈ ਕੀ ਆ ਪਹਿਲਾਂ ਤੁਹਾਨੂੰ ਦੱਸ ਦਵਾਂ ਕਿ ਕੈਪਟਨ ਜਿਹੜੇ ਆ ਉਹਨਾਂ ਨੇ ਕਿਹਾ ਕਿ ਸੀਐਮ ਦਾ ਜਿਹੜਾ ਬਿਆਨ ਆ ਉਹ ਮੂਰਖਤਾ ਪੂਰਨ ਆ। ਉਸ ਤੋਂ ਬਾਅਦ ਸੀਐਮ ਜਿਹੜੇ ਉਹ ਵਾਰ-ਵਾਰ ਕਹਿ ਰਹੇ ਆ ਕਿ ਇਹਨਾਂ ਤੋਂ ਜਿਹੜਾ ਉਹ ਖਰਚਾ ਵਸੂਲਣਗੇ ਤੇ ਕੈਪਟਨ ਨੇ ਵੀ ਕਿਹਾ ਕਿ ਮੈਂ ਅंसारी ਨੂੰ ਨਹੀਂ ਜਾਣਦਾ ਨਾ ਕਦੀ ਦੇਖਿਆ ਸੋ ਗੱਲ ਇਦਾਂ ਆ ਕਿ ਵੀਰੋ ਦੇਖੋ ਜਨਵਰੀ 2019 ਦੇ ਵਿੱਚ ਯੂਪੀ ਤੋਂ ਲਿਆਂਦਾ ਗਿਆ ਆ ਪੰਜਾਬ ਮੋਹਾਲੀ ਦੇ ਬਿਲਡਰ ਤੋਂ 10 ਕਰੋੜ ਦੀ ਰੰਗਦਾਰੀ ਮੰਗਨ ਦੇ આરોਪਸ 'ਚ ਜਿਹੜਾ ਇਹਨਾਂ ਨੂੰ ਲਿਆਂਦਾ ਗਿਆ ਆ ਯੂਪੀ ਪੁਲਿਸ ਨੇ ਜਿਹੜਾ ਉਹ ਅंसारी ਨੂੰ ਵਾਪਸ ਭੇਜਣ ਦੇ ਲਈ 25 ਰਿਮਾਈਂਡਰ ਭੇਜੇ ਆ ਰਿਮਾਈਂਡਰ ਦੇ ਉੱਤੇ ਜਿਹੜਾ ਪੰਜਾਬ ਪੁਲਿਸ ਆ ਉਹਨੇ ਜਿਹੜਾ ਕੁਝ ਵੀ ਪਤਾ ਨਹੀਂ ਹੁਣ ਕੀ ਕਿਹਾ ਜਾ ਰਿਹਾ ਆ ਕਿ ਜਿਹੜਾ ਪੁਲਿਸ ਨੇ ਉਹ ਨਹੀਂ ਉਹਨਾਂ ਨੂੰ ਭੇਜਿਆ ਤੇ ਯੂਪੀ ਪੁਲਿਸ ਜਿਹੜੀ ਉਹ ਸੁਪਰੀਮ ਕੋਰਟ ਪਹੁੰਚ ਗਈ ਸੁਪਰੀਮ ਕੋਰਟ ਦੇ ਫਿਰ ਆਦੇਸ਼ ਦੇ ਉੱਤੇ ਪਿਛਲੇ ਸਾਲ April ਦੇ ਵਿੱਚ ਉੱਤਰ ਪ੍ਰਦੇਸ਼ ਦੀ ਜਿਹੜੀ ਪੁਲਿਸ ਉਹਨਾਂ ਨੂੰ ਲੈ ਗਈ ਸੋ ਅਨਸਾਰੀ ਦੇ ਜਿਹੜੇ ਵਕੀਲ ਕੀਤੇ ਗਏ ਸੀ ਉਹਨਾਂ ਦੀ ਇੱਕ ਪੇਸ਼ੀ ਦਾ ਖਰਚਾ 11 ਲੱਖ ਰੁਪਇਆ ਸੀਗਾ ਸੋ ਹੁਣ ਭਾਈ ਦੇਖੋ ਕੀ ਹੁੰਦਾ ਹੈ ਲੇਕਿਨ ਸ਼ਾਂਤੀ ਦੇ ਨਾਲ ਹੀ ਸਾਰਾ ਕੁਝ ਹੋਣਾ ਚਾਹੀਦਾ ਹੈ ਔਰ ਦੇਖੋ ਜੀ ਜਿਹੜੇ ਜਨ ਪ੍ਰਤੀਨਿਧੀ ਹੁੰਦੇ ਆ ਉਹਨਾਂ ਨੂੰ ਜਵਾਬ ਦੇਣ ਤੋਂ ਜੜਾ ਉਹ ਭੱਜਣਾ ਨਹੀਂ ਚਾਹੀਦਾ ਜਾਂ ਫਿਰ ਜਦੋਂ ਉਹ ਉਸ ਪੋਸਟ ਤੇ ਹੁੰਦੇ ਆ ਉਹਨਾਂ ਨੂੰ ਇੱਕ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਕਿ ਕੱਲੂ ਉਹਨਾਂ ਨੇ ਜੜਾ ਉਹ ਲੱਥੜਾ ਵੀ ਆ ਚਾਹੇ ਉਹ ਭਗਵੰਤ ਮਾਨ ਜੀ ਆ ਚਾਹੇ ਉਹ ਨਰਿੰਦਰ ਮੋਦੀ ਜੀ ਆ ਚਾਹੇ ਉਹ ਮਾਇਆ ਭਤੀ ਜੀ ਆ ਚਾਹੇ ਉਹ ਮਮਤਾ ਬੇਨਰ ਜੀ ਆ ਚਾਹੇ ਕੇਜਰੀਵਾਲਾ ਚਾਹੇ ਰਾਹੁਲ ਗਾਂਧੀ ਆ ਹਰੇਕ ਬੰਦੇ ਨੂੰ ਜੜਾ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਿਆਸਤ ਦੇ ਵਿੱਚ ਕਦੀ ਵੀ ਜੜਾ ਉਹ ਕੁਝ ਵੀ ਹੋ ਸਕਦਾ ਆ ਸੋ ਦੇਖ ਲਿਓ ਵੀਡੀਓ ਜਿਹੜੀਆਂ ਕਿਉਂਕਿ ਹਰੇਕ ਬੰਦੇ ਦਾ ਆਪਣਾ ਪੁਆਇੰਟ ਆਫ View ਆ ਤੇ ਤੁਸੀਂ ਜਾ ਕੇ ਚੈੱਕ ਜ਼ਰੂਰ ਕਰਿਓ ਪੂਰੀ ਖਬਰ